ਤੇ ਡੀਜੇ ਤੇ ਗਾਣਾ ਚੱਲ ਪਿਆ ਹੁਣ ਉਹਦੇ ਚ ਉਹ ਲੈਣ ਆ ਗਈ ਮੈਂ ਤਾਂ ਨੀ ਗਾਇਆ ਹੈਗਾ ਬਾਈ ਮੈਂ ਉਹ ਤੋਂ ਬਾਅਦ ਰਾਈਟ ਵੇ ਗਾਣਾ ਬੰਦ ਕਰਤਾ ਨਾ ਉਹੀ ਚੀਜ਼ ਸਾਰੀ ਇਕੱਠੀ ਕਰਕੇ ਹਨਾ ਬਣਾ ਕੇ ਜੋੜ ਕੇ ਵੀ ਸਿੱਧੂ ਨੇ ਐਂ ਕਿਹਾ ਜੀ ਵੀ ਮੈਂ ਦੁੱਖੀ ਤਿੱਕੀ ਨੂੰ ਜਾਣਦਾ ਨੀ ਹਾਂ ਮੈਂ ਕਿਹਾ ਸੀ ਮੇਰੇ ਮਾਂ ਪਿਓ ਦਾ ਹੌਸਲਾ ਜਾਂ ਤੁਹਾਡਾ ਹੌਸਲਾ ਬਾਕੀ ਦੁੱਖੀ ਤਿੱਕੀ ਦੇ ਕਦੇ ਨਾ ਪਰਵਾਹ ਕੀਤੇ ਨਾ ਕਰਾਂ ਜਿਹਦੇ 'ਚ ਮੇਰੇ ਬੰਨੀ ਨੀਲੀ ਪੱਗ ਉਹ ਤਾਂ ਸੀਗਾ ਆਕਲੈਂਡ ਵਾਲਾ ਸ਼ੋਅ ਅਤੇ ਜਿਹੜਾ ਉਹ ਗਾਣੇ ਵਾਲੀ ਗੱਲ ਕਹਿ ਰਹੇ ਨੇ ਉਹ ਸੀਗਾ ਐਡਲੇਡ ਦਾ ਸ਼ੋਅ ਆਸਟ੍ਰੇਲੀਆ ਦੇ ਇੱਕ ਸ਼ੋਅ ਦੌਰਾਨ ਗਾਣੇ 'ਚ ਮਾਈ ਭਾਗੋ ਦਾ ਨਾਂ ਫਿਰ ਤੋਂ ਲੈਣ ਨੂੰ ਲੈ ਕੇ ਵਿਵਾਦ 'ਚ ਘਿਰੇ ਸਿੱਧੂ ਮੂਸੇਵਾਲ ਨੇ ਫਿਰ ਇੱਕ ਵੀਡੀਓ ਜਾਰੀ ਕਰਕੇ ਸਫਾਈ ਦਿੰਦੇ ਆਖਿਆ ਕਿ ਉਸਨੇ ਗਾਣਾ ਨਹੀਂ ਗਾਇਆ ਬਲਕਿ ਗਾਣਾ ਡੀਜੇ 'ਤੇ ਵੱਜਿਆ ਸੀ ਇਸ ਤੋਂ ਇਲਾਵਾ ਉਸਨੇ ਮੀਡੀਆ 'ਤੇ ਇਲਜ਼ਾਮ ਲਾਉਂਦਿਆਂ ਆਖਿਆ ਕਿ ਉਸਦੇ ਦੋ ਵੱਖੋ ਵੱਖਰੇ ਸ਼ੋਅ ਦੀਆਂ ਵੀਡੀਓ ਜੋੜ ਕੇ ਵਿਵਾਦ ਵਧਾਇਆ ਜਾ ਰਿਹਾ ਹਾਲਾਂਕਿ ਉਸਨੇ ਵਿਰੋਧ ਕਰਨ ਵਾਲਿਆਂ ਨੂੰ ਗਲਤ ਸ਼ਬਦਾਵਲੀ ਬੋਲਣ ਦੀ ਗੱਲ ਸਵੀਕਾਰੀ ਵਿਵਾਦ ਵਧਣ ਮਗਰੋਂ ਸਿੱਧੂ ਮੂਸੇਵਾਲੇ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਆਪਣੀ ਕੋਈ ਵੀਡੀਓ ਚਲਾ ਰਿਹਾ ਕੱਲ੍ਹ ਵਾਲੇ ਐਡੀਲੇਡ ਸ਼ੋਅ ਦੀ ਅਤੇ ਆਕਲੈਂਡ ਵਾਲੇ ਸ਼ੋਅ ਦੀ ਦੋਨਾਂ ਦੀ ਕੱਟ ਕੇ ਅਤੇ ਉੱਥੇ ਗਲਤ ਖਬਰ ਬਣਾ ਕੇ ਪਾਈ ਜਾਂਦੇ ਨੇ ਵੀ ਸਿੱਧੂ ਨੇ ਜੀ ਉਹੀ ਫੇਰ ਵੀ ਮਾਈ ਭਾਗੋ ਜੀ ਬਾਰੇ ਗਾਣਾ ਲਾਇਆ ਦੁਬਾਰੇ ਗਾਣਾ ਗਾਇਆ ਗਲਤ ਤਰੀਕੇ ਨਾਲ ਪੇਸ਼ ਕਰਕੇ ਲੋਕਾਂ ਦੇ ਵਿੱਚ ਯਾਨੀ ਕਿ ਉਹੀ ਗੱਲਾਂ ਫੇਰ ਪੈਰ ਲਾਈਆਂ ਜਾ ਰਹੀਆਂ ਵੀ ਸਿੱਧੂ ਨੇ ਦੁਬਾਰੇ ਫੇਰ ਕਰਤਾ ਜੀ ਸਿੱਧੂ ਨੇ ਉਹ ਕਰਤਾ ਸਿੱਧੂ ਨੇ ਆਹ ਕਰਤਾ ਨਾ ਦੇਖੋ ਜੀ ਮੈਨੂੰ ਵੀ ਪਤਾ ਹੈ ਵੀ ਕਿੱਥੋਂ ਕਿੱਥੋਂ ਕੀ ਚੱਲ ਰਿਹਾ ਠੀਕ ਹੈ ਨਾ ਉਹਦੇ ਵਿੱਚ ਕੀ ਹੈ ਸ਼ੋਅ ਵਾਲੇ ਦੇ ਵਿੱਚ ਹੁਣ ਉਹਦੇ 'ਚ ਕੀ ਹੋਇਆ ਜਿਹੜਾ ਜਿਹਦੇ 'ਚ ਮੇਰੇ ਬੰਨੀ ਨੀਲੀ ਪੱਗ ਉਹ ਤਾਂ ਸੀਗਾ ਆਕਲੈਂਡ ਵਾਲਾ ਸ਼ੋਅ ਅਤੇ ਜਿਹੜਾ ਉਹ ਗਾਣੇ ਵਾਲੀ ਗੱਲ ਕਹਿ ਰਹੇ ਨੇ ਉਹ ਸੀਗਾ ਐਡਲੇਡ ਦਾ ਸ਼ੋਅ ਕੀ ਕੀਤਾ ਇਹਨਾਂ ਨੇ ਦੋਨਾਂ ਸ਼ੋਆਂ ਦੀਆਂ ਵੀਡੀਓ ਇਕੱਠੀਆਂ ਕਰਕੇ ਐਡਿਟ ਕਰਕੇ ਹੁਣ ਸਾਰੇ ਚੈਨਲ ਪੀਟੀਸੀ ਪੂਟੀਸੀ ਪਤਾ ਨਹੀਂ ਕਿੱਥੇ ਸਪੈਕਟਰਮ ਸਪੁਕਟਰਮ ਕਿੱਥੇ ਕਿੱਥੇ ਚਲਾ ਰਹੇ ਨੇ ਜੀ ਉਹੀ ਮਾਹੌਲ ਖਰਾਬ ਕਰਨ ਵਾਲੀ ਦੁਬਾਰੇ ਫੇਰ ਗੱਲ ਕਰ ਰਹੇ ਨੇ ਹਨਾ ਅਤੇ ਦੂਜੀ ਗੱਲ ਕੱਲ੍ਹ ਸੀਗਾ ਸ਼ੋਅ ਜਿਹੜਾ ਸੀਗਾ ਕਲੱਬ ਸ਼ੋਅ ਸੀ ਮੇਰਾ ਪਹਿਲਾ ਸ਼ੋਅ ਸੀ ਹੈ ਨਾ ਅਤੇ ਮੈਨੂੰ ਇਹ ਵੀ ਨਹੀਂ ਪਤਾ ਵੀ ਗਾਣੇ ਕਿਹੜੇ ਹੈ ਨਾ ਨਾ ਹੀ ਆਪਾਂ ਨੂੰ ਇਹ ਪਤਾ ਵੀ ਇਹ ਪੁਰਾਣੇ ਵਾਲਾ ਗਾਣਾ ਚਲਾ ਰਿਹਾ ਜਾਂ ਨਵੇਂ ਵਾਲਾ ਗਾਣਾ ਚਲਾ ਰਿਹਾ ਅੜਬ ਮੁਟਿਆਰਾਂ ਵਾਲਾ ਠੀਕ ਹੈ ਨਾ ਜੀ ਉਹਦੇ 'ਤੇ ਡੀਜੇ 'ਤੇ ਗਾਣਾ ਚੱਲ ਪਿਆ ਹੁਣ ਉਹਦੇ 'ਚ ਉਹ ਲੈਣ ਆ ਗਈ ਮੈਂ ਤਾਂ ਨਹੀਂ ਗਾਇਆ ਹੈਗਾ ਬਾਈ ਮੈਂ ਉਹ ਤੋਂ ਬਾਅਦ ਰਾਈਟ ਵੇ ਗਾਣਾ ਬੰਦ ਕਰਤਾ ਨਾ ਉਹੀ ਚੀਜ਼ ਸਾਰੀ ਇਕੱਠੀ ਕਰਕੇ ਹਨਾ ਬਣਾ ਕੇ ਜੋੜ ਕੇ ਵੀ ਸਿੱਧੂ ਨੇ ਐਂ ਕਿਹਾ ਜੀ ਵੀ ਮੈਂ ਦੁੱਖੀ ਤਿੱਕੀ ਨੂੰ ਜਾਣਦਾ ਨਹੀਂ ਹਾਂ ਮੈਂ ਕਿਹਾ ਸੀ ਮੈਂ ਆਕਲੈਂਡ ਵਾਲੇ ਸ਼ੋਅ 'ਤੇ ਕਿਹਾ ਮੈਂ ਉਹਨਾਂ ਪੱਤਰਕਾਰਾਂ ਨੂੰ ਉਹਨਾਂ ਨੂੰ ਜਿਹੜੇ ਫੇਕ ਇੰਸਟਾਗ੍ਰਾਮ ਪੇਜ ਨੇ ਜਿਹੜੇ ਰਿਊਮਰਸ ਬਣਾਉਂਦੇ ਨੇ ਉਹਨਾਂ ਨੂੰ ਕਿਹਾ ਮੈਂ ਹੁਣ ਵੀ ਕਹਿਣਾ ਵੀ ਉਹ ਗਲਤ ਸੀਗੇ ਠੀਕ ਹੈ ਅਤੇ ਉਹਨਾਂ ਨੂੰ ਮੈਂ ਕਿਹਾ ਠੋਕ ਕੇ ਕਿਹਾ ਹਨਾ ਅਤੇ ਹੁਣ ਵੀ ਉਹ ਕੀ ਕੀਤਾ ਜਾ ਰਿਹਾ ਵੀ ਦੋਨਾਂ ਖਬਰਾਂ ਨੂੰ ਇਕੱਠੀਆਂ ਕਰਕੇ ਉਹ ਬਣਾ ਕੇ ਜਾ ਰਿਹਾ ਵੀ ਮੈਂ ਸਾਰਿਆਂ ਨੂੰ ਕਿਹਾ ਵੀ ਮੈਂ ਤਾਂ ਐਂ ਕਰੂੰਗਾ ਜਾਂ ਕੁਛ ਹੋਰ ਕਰੂੰ ਦੇਖੋ ਮੈਂ ਕਹੀ ਸੀ ਪੱਤਰਕਾਰਾਂ ਨੂੰ ਮੈਂ ਹੁਣ ਵੀ ਕਹਿਣਾ ਠੀਕ ਹੈ ਅਤੇ ਆਹ ਦੋ ਆਹ ਜਿਹੜੀ ਹੁਣ ਵੀ ਖਬਰ ਬਣੀ ਹੈ ਇਹ ਪਹਿਲਾਂ ਵੀ ਇੱਕ ਪੱਤਰਕਾਰ ਦੋ ਤਿੰਨ ਪੱਤਰਕਾਰ ਮੇਰਾ ਖਾਸਾ ਮੋਹ ਕਰਦੇ ਨੇ ਉਹਨਾਂ ਨੇ ਖਬਰ ਬਣਾਈ ਸੀ ਤੋੜ ਮਰੋੜ ਕੇ ਚੀਜ਼ਾਂ ਨੂੰ ਪੇਸ਼ ਕਰ ਰਿਹਾ ਬਸ ਮੈਂ ਤੁਹਾਨੂੰ ਇੰਨੀ ਕੀ ਗੱਲ ਕਹਿਣੀ ਸੀ ਮੇਰਾ ਵੀਰ ਕਿਸੇ ਦੀਆਂ ਗੱਲਾਂ 'ਚ ਨਾ ਆਇਓ ਸਹੀ ਨੂੰ ਸਹੀ ਆਖਿਓ ਅਤੇ ਆਹ ਜਿਹੜੀਆਂ ਕੋਈ ਇੰਸਟਾਗ੍ਰਾਮ 'ਤੇ ਜਾਂ ਫੇਕ ਵੀਡੀਓ ਚੱਲ ਰਹੀਆਂ ਨੇ ਇਹਨਾਂ ਤੋਂ ਪਰਹੇਜ਼ ਕਰਿਓ ਠੀਕ ਹੈ ਨਾ ਕਿਸੇ ਨੇ ਕੁਛ ਨਹੀਂ ਕਿਹਾ ਹੈਗਾ ਅਤੇ ਇਹ ਬਸ ਮਾਹੌਲ ਖਰਾਬ ਕਰਨ ਦੇ ਤਰੀਕੇ ਨੇ ਅਤੇ ਸਾਰੀਆਂ ਚੀਜ਼ਾਂ ਨੂੰ ਦੁਬਾਰੇ ਫੇਰ ਵਿਗਾੜਨ ਦੇ ਵੀ ਜਾਂ ਇੱਦਾਂ ਕਰਨਾ ਜਾਂ ਉੱਦਾਂ ਕਰਨ ਅਤੇ ਬਾਕੀ ਜਿਹੜੀਆਂ ਗੱਲਾਂ ਮੈਂ ਆਪ ਕਹੀਆਂ ਨੇ ਹੈ ਨਾ ਆਕਲੈਂਡ ਦੇ ਜਿੰਨਾ ਸ਼ੋਅ ਆਇਆ ਜਿੰਨੇ ਉੱਥੇ ਲੋਕ ਸੁਣਨ ਵਾਲੇ ਸੀ ਉਹਨਾਂ ਨੂੰ ਪਤਾ ਵੀ ਮੈਂ ਕੀ ਕਿਹਾ ਅਤੇ ਕੀ ਨਹੀਂ ਕਿਹਾ ਹੈ ਨਾ ਇਹ ਵਾਧੂ ਫੇਕ ਖਬਰਾਂ ਬਣਾਈ ਜਾਂਦੇ ਨੇ ਅਤੇ ਇਹਨਾਂ ਚੀਜ਼ਾਂ ਤੋਂ ਬਈ ਪਰਹੇਜ਼ ਕਰਿਓ ਚੈੱਕ ਕਰ ਲਿਓ ਜੇ ਮਾੜਾ ਜਿਹਾ ਤੁਸੀਂ ਦੇਖੋਗੇ ਤਾਂ ਵੀਡੀਓ ਜ਼ਰੂਰ ਚੈੱਕ ਕਰਿਓ ਉਹ ਦੋ ਸ਼ੋਆਂ ਦੀ ਅਲੱਗ ਅਲੱਗ ਵੀਡੀਓਜ਼ ਨੇ ਅਤੇ ਉਹਨੂੰ ਜਾਣ ਕੇ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਵੀ ਸਿੱਧੂ ਨੇ ਦੁਬਾਰੇ ਫੇਰ ਕਿਹਾ ਜਾਂ ਸਿੱਧੂ ਨੇ ਕਿਵੇਂ ਪਰ ਉਹ ਨਹੀਂ ਕਰ ਰਿਹਾ ਇਹ ਸਿਰਫ ਨੰਬਰ ਕੁੱਟਣ ਲਈ ਕਿਸੇ ਨੂੰ ਬਦਨਾਮ ਕਰਨ ਲਈ ਸਾਜ਼ਿਸ਼ਾਂ ਕਰ ਰਹੇ ਜੋ ਦੋ ਦਿਨ ਪਹਿਲਾਂ ਫੋਟੋ ਵਾਲੀ ਸਾਜ਼ਿਸ਼ ਕਰ ਰਹੇ ਸੀ ਹੁਣ ਆਹ ਕਰ ਰਹੇ ਆ ਅਤੇ ਵੀ ਯਾਨੀ ਕਿ ਇਹਨਾਂ ਚੀਜ਼ਾਂ ਤੋਂ ਬਚਿਓ ਬਾਈ ਅਤੇ ਸਿਰਫ ਬਦਨਾਮੀ ਕਰਨ ਦੀ ਕੋਈ ਨਾ ਕੋਈ ਕੋਸ਼ਿਸ਼ ਹੈ
ਤੇ ਖਿਆਲ ਰੱਖਿਓ ਇਹਨਾਂ ਚੀਜ਼ਾਂ ਤੋਂ, ਇਹਨਾਂ ਚੀਜ਼ਾਂ ਤੋਂ ਬਚਿਓ। ਤੁਹਾਨੂੰ ਬਥੇਰੇ ਲੋਕ ਵੀਡੀਓ ਦਿਖਾਉਣਗੇ ਚੈਨਲਾਂ 'ਤੇ ਚਲਾ ਰਹੇ ਨੇ ਵੀਡੀਓ, ਪਰ ਇੱਦਾਂ ਦਾ ਕੋਈ ਚੱਕਰ ਨਹੀਂ, ਨਾ ਕਿਸੇ ਨੇ ਕੁਛ ਵੀ ਕਿਹਾ। ਉਹ ਇੱਕ ਗਾਣਾ ਸੀ, ਉਹ ਵੀ ਉੱਥੇ ਹੀ ਬੰਦ ਕਰਤਾ ਸੀ ਕਿਉਂਕਿ ਉਹ ਡੀ ਜੇ 'ਤੇ ਗਾਣਾ ਚੱਲ ਰਿਹਾ ਸੀਗਾ, ਪਿੱਛੇ ਨਾ ਸੀ ਡੀ 'ਤੇ ਗਾਣਾ ਚੱਲ ਰਿਹਾ ਸੀ ਕਿਉਂਕਿ ਕਲੱਬ ਸ਼ੋਅ ਸੀਗਾ। ਅਤੇ ਜਿਹੜਾ ਦੂਜੀ ਗੱਲ ਹੈ, ਦੂਜਾ ਉਹ ਸ਼ੋਅ ਹੈਗੇ ਔਕਲੈਂਡ ਦੀ ਵੀਡੀਓ, ਲਾਈਵ ਸ਼ੋਅ ਦੇ ਵਿੱਚ ਉਹ ਇੱਕ ਲਾਈਵ ਸੀ ਇੱਕ ਕਲੱਬ ਸੀ, ਦੋਨਾਂ ਨੂੰ ਇਕੱਠੀਆਂ ਕਰਕੇ ਉਹਦਾ ਯਾਨੀ ਕਿ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੀ ਜਨਤਾ ਨੂੰ, ਠੀਕ ਹੈ ਨਾ ਜੀ। ਇੰਨੇ ਕੁ ਖਿਆਲ ਰੱਖਿਓ, ਬਾਕੀ ਚੜ੍ਹਦੀ ਕਲਾ 'ਚ ਰਿਹੋ ਜੀ, ਲਵ ਯੂ ਸਾਰਿਆਂ ਨੂੰ ਜੱਟੋ, ਖਿਆਲ ਰੱਖਿਓ। ਸਿੱਧੂ ਮੂਸੇਵਾਲਾ ਨੇ ਭਾਵੇਂ ਆਸਟ੍ਰੇਲੀਆ ਦੇ ਸ਼ੋਅ 'ਚ ਮਾਈ ਭਾਗੋ ਵਾਲਾ ਗਾਣਾ ਦੁਬਾਰਾ ਗਾਉਣ 'ਤੇ ਆਪਣੀ ਸਫਾਈ ਪੇਸ਼ ਕਰ ਦਿੱਤੀ ਹੈ, ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਵੀਡੀਓਜ਼ ਭਾਵੇਂ ਵੱਖੋ ਵੱਖਰੇ ਸ਼ੋਅ ਦੀਆਂ ਹੋ ਸਕਦੀਆਂ ਨੇ, ਪਰ ਮੂਸੇਵਾਲਾ ਨੂੰ ਦੱਸਣਾ ਚਾਹੀਦਾ ਕਿ ਉਸ ਵੱਲੋਂ ਇਹ ਗੱਲ ਕਿਸ ਸੰਦਰਭ 'ਚ ਆਖੀ ਗਈ ਹੈ ਕਿ ਉਹ ਕੰਟਰੋਵਰਸ਼ੀਆਂ ਅਤੇ ਰੌਲੇ ਰੱਪੇ ਦੀ ਪਰਵਾਹ ਨਹੀਂ ਕਰਦਾ। ਖੈਰ, ਮੂਸੇਵਾਲਾ ਨੇ ਇੱਕ ਵਾਰ ਫਿਰ ਤੋਂ ਵੀਡੀਓ ਜਾਰੀ ਕਰਕੇ ਸਫਾਈ ਪੇਸ਼ ਕਰ ਦਿੱਤੀ ਹੈ। ਦੇਖਣਾ ਹੋਵੇਗਾ ਕਿ ਮੁੜ ਤੋਂ ਭੜਕੀਆਂ ਸਿੱਖ ਜਥੇਬੰਦੀਆਂ ਇਸ ਨੂੰ ਕਿਵੇਂ ਦੇਖਦੀਆਂ ਨੇ। ਬਿਊਰੋ ਰਿਪੋਰਟਸ, ਸਪੋਕਸਮੈਨ ਟੀਵੀ।